ਕਿਰਤੀਆ ਕੀ ਫੈਮਲੀ ਦੇ ਬਾਰੇ ਮੈਂ ਜਾਂ ਉਸਦੀ ਮਾਂ ਦੇ ਬਾਰੇ ਮੈਂ ਉਸਦੀ ਭੈਣ ਦੇ ਬਾਰੇ ਮੈਂ ਕਿ ਕਿਸੇ ਵੀ ਬੇਟੀ ਦੀ ਇੱਜ਼ਤ ਦੇ ਬਾਰੇ ਮੈਂ ਤਾਂ ਆਇੰਦਾ ਕੁਝ ਬੋਲੇਗਾ ਨਹੀਂ ਬਰਬਾਦ ਆਇੰਦਾ ਹੈ ਕੀਰਤ ਮੋਟੇ ਦੀ ਬਣਾਤੀ ਵਿਕੀ ਥੌਮਸਨ ਨੇ ਰੇਲ ਮੋਟੇ ਦਾ ਬਣਾਤਾ ਮੋਰ ਹੁਣੇ-ਹੁਣੇ ਵਿਕੀ ਥੌਮਸਨ ਨੇ ਤੇ ਸੋਕ੍ਰਤੀ ਨੇ ਇੰਸਟਾਗ੍ਰam ਕਾਉਂਟ ਦੇ ਉੱਪਰ ਇੱਕ ਵੀਡੀਓ ਅਪਲੋਡ ਕੀਤੀ ਹੈ ਵੀਡੀਓ ਦੇ ਵਿੱਚ ਵਿਕੀ ਥੌਮਸਨ ਨੇ ਕੀਰਤ ਨੂੰ ਨੰਗਾ ਕਰਕੇ ਆਪਣੇ ਅੱਗੇ ਬਿਠਾ ਰੱਖਿਆ ਤੇ ਮੋਟੇ ਤੋਂ ਮਾਫੀ ਵੀ ਮੰਗਵਾਈ ਜਾ ਰਹੀ ਹੈ ਤੁਹਾਡੇ ਦੋਸਤੋ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਿਸੇ ਨੂੰ ਨੰਗਾ ਕਰਕੇ ਮਾਫੀ ਮੰਗਵਾਉਣੀ ਚਾਹੀਦੀ ਹੈ ਤੇ ਉਸਦੀ ਵੀਡੀਓ ਵੀ ਅਪਲੋਡ ਕਰਨੀ ਚਾਹੀਦੀ ਹੈ ਇਹ ਕੋਈ ਚੰਗੀ ਗੱਲ ਹੈ ਮਾਫੀ ਕਿਰਤ ਮੋਟੇ ਤੋਂ ਵਿੱਕੀ ਥੌਮਸ ਨੇ ਕਿਉਂ ਗਵਾਈ ਇਸ ਪਿੱਛੇ ਕਈ ਰਾਜ ਨੇ ਪਿਛਲੇ ਦਿਨੀ ਕਿਰਤ ਮੋਟੇ ਨੇ ਲਾਈਵ ਆ ਕੇ ਵਿੱਕੀ ਥੌਮਸ ਤੇ ਇਲਜ਼ਾਮ ਲਗਾਏ ਸਨ ਕਿ ਵਿੱਕੀ ਥੌਮਸ ਨੇ ਮੁੰਬਈ ਮੇਰੇ ਫਲਾਈਟ ਵਿੱਚ ਆ ਕੇ Zomato ਤੋਂ ਚਿਕਨ ਮਗਵਾ ਕੇ ਖਾਦਾ ਸੀ ਜੇਕਰ ਮੋਟੇ ਦੀ ਗੱਲ ਸਹੀ ਹੈ ਤਾਂ ਬਹੁਤ ਮਾੜੀ ਗੱਲ ਹੈ ਵਿੱਕੀ ਥੌਮਸ ਨੇ ਕਿਉਂ ਅਮਰ ਸੰਗਤ ਤੋਂ ਬਾਅਦ ਮੀਟ ਮੱਛੀ ਖਾਦਾ ਵਿੱਕੀ ਥੌਮਸ ਨੇ ਕਿਰਤ ਮੋਟੇ ਨੂੰ ਕਿਹਾ ਕੁੜੀਆਂ ਦੇ ਜਿਹੜੇ ਪਾਸਪੋਰਟ ਤੇਰੇ ਬਾਕੀ ਸੋਕਰਤੀਓ ਦੇ ਪਰਿਵਾਰ ਬਾਰੇ ਕੋਈ ਗਲਤ ਗੱਲ ਨਹੀਂ ਕਰਨੀ ਅਤੇ ਦੁਬਾਰਾ ਫੇਰ ਤੇਰਾ ਸੋਧਾ ਲੱਗੂਗਾ ਕੀਰਤ ਦਾ ਵੀ ਇਹ ਕਹਿਣਾ ਹੈ ਕਿ ਮੇਰੇ ਕੋਲੇ ਵਿਕੀ ਥੌਮਸ ਦੀਆਂ ਵੀਡੀਓਜ਼ ਨੇ ਜਿਨ੍ਹਾਂ ਵਿੱਚ ਇਸਨੇ ਨੌਨ ਵਿੱਚ ਖਾਦਾ ਸੀ ਤੁਹਾਡੇ ਦੋਸਤੋ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਜਰੂਰ ਕਰਿਓ